ਮਾਤਾ ਆਟਾ ਪਾ ਦੋ। ਹੈ ਹੀ ਨਹੀਂ ਕੋਈ ਘਰੇ। ਇੱਧਰ ਵੀ ਨਹੀਂ ਹੈਗੇ ਘਰੇ, ਸਾਰੇ ਘਰ ਖਾਲੀ ਪਏ ਆ। ਕਿੱਥੇ ਗਏ ਪਿੰਡ ਵਾਲੇ? ਹਾਂ ਕੁਛ ਨਹੀਂ ਹੈਗਾ, ਪੂਰੇ ਖਾਲੀ ਪਏ ਆ। ਨਾਥ ਨੂੰ ਕੋਈ ਆਟਾ ਪਾ ਦੇ, ਕੋਈ ਦਾਲ ਪਾ ਦੇ, ਕੋਈ ਚਾਹ ਦਾ ਗੱਫਾ ਛਕਾ ਦੇ, ਫਿਰ ਸਾਡੇ ਬਾਰੇ ਨਿਆਰੇ ਹੋ ਜਾਣਗੇ। ਆਹ ਘਰ ਹੈਗਾ, ਲੈ ਆਹ ਤਾਂ ਬੂਹਾ ਖੁੱਲ੍ਹਾ ਹੀ ਰੱਖਿਆ। ਉਹ ਹੈਗਾ ਘਰੇ ਕੋਈ ਕਿ ਨਹੀਂ? ਚਲੋ ਆਪਾਂ ਹੀ ਤਾਂ ਚੱਲੀ ਅੰਦਰ ਨੂੰ। ਤੇਰਾ ਭਲਾ ਹੋ ਜੇ, ਇਹ ਤਾਂ ਸੁੱਤਾ ਪਿਆ। ਇਹ ਗੱਲ ਭਗਤਾ ਦੇਣਾ ਹੀ ਸੁੱਤਾ। ਆਹ ਆ ਗਏ ਨਾਥ, ਬਹਿ ਗਏ ਨਾਥ, ਲਾ ਲਿਆ ਡੇਰਾ। ਇਹ ਗੱਲ ਭਗਤਾ ਲੰਮਿਆ ਪਿਆ, ਕੋਈ ਨਾਥ ਆਏ ਤੇਰੇ ਘਰ ਤੇ, ਕੋ ਦੇ ਸਾਨੂੰ ਖਾਣ ਨੂੰ। ਵੱਖੀ ਜੇ ਲੱਤ ਦਵਾ ਦੇ। ਪਤਾ ਨੀ ਬੋਲਣਾ, ਮੈਂ ਬੇਨ ਮਾਰਨੀ ਤੇਰੇ ਮੂੰਹ ਤੇ। ਠਾਕ ਦਾ ਮੈਨੂੰ। ਓ ਯਾਰ ਮੈਂ ਘਰ ਘਰ ਮੰਗ ਰਿਹਾ, ਮੈਂ ਤੇਰੇ ਘਰ ਆ ਗਿਆ। ਮੈਨੂੰ ਕਹਿੰਦਾ ਵੀਰੇ ਦੇ ਘਰ ਬਹੁਤ ਕੋਚ ਹੈ। ਵੀਰ ਵਜਾਈ ਜਾਣ ਗਿਆ, ਕੋਈ ਜੀ ਨਿਕਲਾਉਂਦੀ ਤੇ। ਫਿਰ ਕੀ ਹੋ ਗਿਆ, ਸਾਡਾ ਹੀ ਫਾਇਦਾ ਹੋਣਾ, ਨਾਲੇ ਤੇਰਾ ਫਾਇਦਾ ਹੋਣਾ। ਅਸੀਂ ਫੜ ਕੇ ਉਹ ਜੀ ਪਟਾਰੀ 'ਚ ਪਾ ਲੈਣਾ ਸੀ ਤੇ ਤੈਨੂੰ ਲੜਨੋਂ ਬਚ ਜਾਣਾ ਸੀ। ਯਾਰ ਦੇ ਕੁਛ ਨਾਥ ਨੂੰ ਆਟਾ ਉੱਟਾ ਦੇ, ਕੋਈ ਕੋਈ ਦੇ, ਕੋਈ ਚਾਹ ਦਾ ਬਾਟਾ। ਅੱਛਾ ਕੀ ਆ ਉਹ? ਛੱਡ, ਮੈਂ ਕੋਈ ਦੱਸ, ਸਬਜ਼ੀ ਵੇਚਣ ਡਿਆ ਮੈਂ ਕੋਈ, ਅਤੇ ਕੀ ਰੱਖਿਆ? ਬਾਬਾ ਵਿਹਲ ਆਈਆਂ ਨਾ। ਵਿਹਲ ਆਈਆਂ ਨਹੀਂ, ਅਸੀਂ ਹੋਰ ਵੀ ਕੰਮ ਕਰਨੇ ਹੁੰਦੇ ਆ। ਹੱਥ ਵੇਖ ਕੇ ਮੜਾਈ, ਹੱਥ ਵੇਖ ਕੇ ਦੱਸੀ, ਇਹ ਮੇਰੇ ਮੁੰਡੇ ਦਾ ਮੱਖੀ ਦਾ ਵਿਆਹ ਕਦੋਂ ਹੋਊਗਾ? ਉਹ ਮੱਖੀਆਂ ਦੇ ਕਦੀ ਵਿਆਹ ਹੁੰਦਾ ਆ? ਮੱਖੀਆਂ ਤਾਂ ਮਾਰ ਦੇਣੀਆਂ ਚਾਹੀਦੀਆਂ ਦਵਾਈ ਪਾ। ਉਹ ਤੂੰ ਦੱਸ ਮੇਰੇ ਮੁੰਡੇ ਦਾ ਵਿਆਹ ਹੋਊਗਾ ਕਿ ਨਹੀਂ ਹੋਊਗਾ? ਅੱਛਾ ਤੇਰੇ ਮੁੰਡੇ ਦਾ ਨਾਮ ਮੱਖੀ ਆ? ਹਾਂ ਹਾਂ। ਤੇਰੇ ਹੱਥ ਦੀ ਰੇਖਾ ਕਹਿੰਦੀ ਆ। ਤੇਰੇ ਹੱਥ ਦੀ ਰੇਖਾ ਕਹਿੰਦੀ ਆ? ਨਹੀਂ ਰੇਖਾ ਨਹੀਂ ਚਾਹੀਦੀ, ਹੱਥ ਦੀ ਦੱਸ ਤੂੰ। ਹੱਥ ਦੀ ਰੇਖਾ ਕਹਿੰਦੀ ਆ ਤੇਰੇ ਮੁੰਡੇ ਦੇ ਦੋ ਵਿਆਹ ਹੋਣੇ। ਸਾਲਾ ਮੱਖੀ ਦੇ ਦੋ ਵਿਆਹ ਹੋਣੇ? ਹਾਂ। ਸੋਹਣਾ ਮੜਾਈ, ਕੌਣ ਮੁੰਡਾ ਮੇਰਾ? ਬੁਲਾ ਉਹਨੂੰ ਜਰਾ, ਅਸੀਂ ਦਰਸ਼ਨ ਕਰੀ ਉਹਦੇ। ਬਾਬਾ ਜੋ ਆਜੂਗਾ ਨਾ, ਐ ਚੰਨ ਨੀ ਹੋਜੂਗਾ ਚਾਰ ਸਵੇਰੇ। ਉਹ ਮੈਂ ਕਿਹਾ ਦਰਸ਼ਨ ਕਰਾ, ਫਿਰ ਨਾਥ ਅੱਜ ਉਹਦੇ ਦਰਸ਼ਨ ਕਰਨਾ ਚਾਹੁੰਦੇ ਆ। ਪੱਕੀ ਗੱਲ, ਰਿਸ਼ਤਾ ਕਰਾਉਣਾ ਹੀ ਉਹਦਾ। ਆ ਬਹਿ ਗਿਆ ਨਾਥ। ਓਏ ਮੱਖੀ ਆਇਆ, ਆ ਬਾਪੂ ਇੱਧਰ ਆ ਬਾਬਾ, ਤੇਰਾ ਭਾ ਖੋਲਣ। ਓ ਸ਼ੁਕਰ ਆ ਮਾਲਕ। ਹਾਂ ਬਹਿ ਮੁੰਡਾ ਹੀਰੇ ਯਾਰ, ਹੜੇ ਮੋ ਤੇਰਾ। ਹਾਂ ਉਹ ਕਹਿੰਦਾ ਚਾਨਣ ਹੋ ਜਾਣਾ ਭੂਤਨੀ ਦਾ, ਜਦੋਂ ਆਇਆ ਹਨੇਰਾ ਹੋ ਚੱਲਿਆ। ਇਹਦੇ ਚਮਕ ਪੈਂਦੀ ਇਹਦੇ ਨਾਲ। ਕਾਹਦੀ ਚਮਕ ਪੈਂਦੀ ਆ? ਆ ਜਿਹੜੀ ਮੂੰਹ 'ਚ ਚਮਕ ਪੈਂਦੀ ਆ। ਓਏ ਇਹੋ ਜਿਹਾ ਡਰਾਉਣਾ ਮੁੰਡਾ, ਓਏ ਇਹਨੂੰ ਕਿਤੇ ਵਾੜ ਤੂੜੀ ਵਾਲੇ ਕਮਰੇ 'ਚ ਇਹਨੂੰ ਕਿਉਂ ਪਾ ਰਹੇ? ਮੁੰਡੇ ਨੂੰ ਮਾੜਾ ਮੁੰਡਾ, ਮੇਰੀ ਕਾ ਖੁੱਲਾ ਹੱਥ ਨਹੀਂ ਆਉਣਾ। ਮਾੜਾ ਮੁੰਡਾ ਨਾ ਦੱਸੀ ਤੈਨੂੰ। ਓਏ ਨਾਥਾਂ ਦਾ ਸਮਾਨ ਹੁੰਦਾ, ਮੈਂ ਤੈਨੂੰ ਦੱਸਾਂ। ਇਹ ਮੁੰਡਾ ਤੇਰਾ? ਹਾਂ ਮੁੰਡਾ। ਹੱਥ ਬਖਾ। ਹਾਂ ਬਖਾ। ਓ ਅੰਦਰਲਾ ਹੱਥ ਬਖਾ। ਹਾਂ ਇਹਦੇ ਹੱਥ ਦੀ ਤਕਦੀਰ ਕਹਿੰਦੀ ਇਹਦਾ ਇੱਕ ਵੀ ਵਿਆਹ ਨਹੀਂ ਹੋਣਾ। ਹਾਂ ਹਾਂ ਕਿਸੇ ਨੇ ਇਹਨੂੰ ਕੁੜੀ ਦੇ ਕੇ ਡੋਬਣੀ ਆ ਪਹਿਲਾਂ ਮੂੰਹ ਮੈਂ ਇਹਦਾ ਦੀਵੇ ਵਰਗਾ। ਮੈਂ ਬਾਬਾ ਫੈਂਟ ਦੇਣਾ ਬਾਬਾ। ਨਹੀਂ ਪਤਾ ਫੈਂਟਣਾ ਨਹੀਂ ਆ ਬਾਬਾ, ਫੈਂਟਣਾ ਨਹੀਂ ਆ ਬਾਬਾ। ਨਾ ਕੀ ਤੇਰਾ? ਮੇਰਾ ਨਾ ਭੂਸ਼ਣ ਨਾਰ। ਇਹ ਭੂਸ਼ਣਾ ਦੇ ਬਾਬਾ, ਫੈਂਟਾ ਬਾਬਾ ਨਹੀਂ ਆ। ਹਾਂ ਹਾਂ ਇੱਕ ਮਿੰਟ ਮੈਨੂੰ ਸੁਰ ਫੜ ਲੈਂ ਦੋ। ਹਾਂ ਫੜ ਲਾ। ਇਹ ਕੀ ਕਰਦਾ? ਸੱਪ ਨਿਕਲ ਲੱਗਾ ਉਧਰੋਂ। ਓਏ ਨਹੀਂ ਇਹ ਸੁਰ ਫੜਨੇ ਹੁੰਦੇ ਆ। ਅੱਛਾ ਮੇਰੀ ਗੱਲ ਸੁਣ, ਤੈਨੂੰ ਮਣਕਾ ਦੇ ਦਈਏ,
ਭੱਠ ਪਠੇਰੀ ਦੇ ਦਈਏ, ਗੱਦੜ ਸਿੰਘ ਜੀ ਦੇ ਦਈਏ, ਸ਼ਿਲਾ ਜੀ ਦੇ ਦਈਏ, ਹੈਗਾ ਆਪਣੇ ਕੋਲ ਸਭ ਕੁਛ। ਨਾ ਤੁਹਾਨੂੰ ਡੇਰਾ ਲਾ ਕੇ ਬਹਿ ਗਏ। ਹਾਂ, ਇਕੱਤੀ ਸੌ ਰੁਪਇਆ ਲੱਗੂਗਾ ਸਾਨੂੰ ਨਾਥਾਂ ਨੂੰ, ਦੇ ਦੇ ਜਲਦੀ ਕਰ, ਛੇਤੀ ਕਰ, ਟਾਈਮ ਨੀ ਹੈਗਾ। ਉਹ ਕੋਈ ਰਸਤਾ ਅੰਦਰ ਚੱਲ ਬਾਬੂ, ਅੰਦਰ ਚੱਲ। ਉਹ ਕਾਕਾ, ਇੱਕ ਕਾਪੀ ਲਿਆਈ ਨਾਥਾਂ ਨੇ ਤੈਨੂੰ, ਨੁਕਤਾ ਬਣਾ ਕੇ ਦੇਣਾ, ਰੰਗ ਗੋਰਾ ਆਜੂ ਤੇਰਾ। ਹੈਨੀ ਹੈਨੀ ਕਾਪੀ, ਪੈਨ ਫੜ ਲਿਆ, ਪੈਨ ਹੈਗਾ ਮੇਰੇ ਕੋਲ ਆਵੇ। ਓਏ ਹੈਨੀ ਬਾਬਾ, ਉਹ ਕਾਪੀ ਫੜ ਲਿਆ। ਹੈਨੀ ਕਾਪੀ ਹੈਨੀ ਗੀ, ਰਜਿਸਟਰ ਫੜ ਲਿਆ। ਓਏ ਉਹ ਵੀ ਹੈਨੀ ਗਾ, ਅਖਬਾਰ ਫੜ ਲਿਆ। ਓ ਬਾਬਾ ਹੈਨੀ, ਐਦਾਂ ਕਰ ਫਿਰ, ਉੱਥੋਂ ਚਾਹ ਦਾ ਬਾਟਾ ਫੜ ਲਿਆ। ਹੈਨੀ ਗਾ ਵੀ ਸਾਡੇ ਘਰੇ ਰੋਟੀਆਂ ਤੋਂ ਫੜ ਲਿਆ। ਓਏ ਹੈਨੀ ਕੋ ਲਾਉਣ ਵਾਲਾ ਹੀ ਆਈ ਆ, ਉਹ ਥੋੜਾ ਘਿਓ ਪਾ ਲਿਆ ਕੌਲੀ ਚ। ਓ ਬਾਬਾ ਕੇ ਹੈਨੀ ਗਾ, ਦਹੀਂ ਦੀ ਕਟੋਰੀ ਫੜ ਲਾ। ਹੈਨੀ ਐਦਾਂ ਕਰ, ਦਾਲ ਲਾਇਆ ਮਾਂ ਦੀ, ਅਸੀਂ ਘਰ ਜਾ ਕੇ ਬਣਾ ਲਾਂਗੇ ਤੇ ਦਾਲ। ਓਏ ਹੈਨੀ ਗਾ ਕੁਛ ਵੀ ਬਾਬਾ, ਚੌਲ ਲਾਇਆ। ਹੈਨੀ ਗਾ ਆਟਾ ਲਾਇਆ। ਓ ਬਾਬਾ ਤੈਨੂੰ ਸੁਣਦਾ ਨਹੀਂ ਹੈਨੀ ਗਾ, ਭੂਤ ਨਹੀਂ ਦਾ ਤੁਹਾਡੇ ਘਰ ਹੈ ਕੀ? ਪਰ ਮੈਨੂੰ ਇਹ ਦੱਸੋ, ਮੱਖੀ ਹੈ? ਮੱਖੀ ਹੈਗੀ ਓਏ ਕਮਕਤੋ, ਤੁਹਾਡੇ ਘਰ ਨੂੰ ਭਾਗ ਲੱਗ ਜਾਣਗੇ। ਨਾਥ ਨੂੰ ਕੁਝ ਚਾਹ ਜਲ ਪਾਣੀ ਛਕਾ ਦੋ ਤੁਹਾਨੂੰ। ਉਹ ਚਾਹ ਨੂੰ ਅਸੀਂ ਸਵੇਰ ਦੀ ਨਹੀਂ ਪੀਤੀ, ਤੈਨੂੰ ਕਿੱਥੋਂ ਬੁਲਾ ਦਈਏ ਬਾਬਾ? ਉਹ ਹੈਗੀ ਕੀ ਦੂਜਾ? ਓ ਨੋ, ਲਾਇਆ? ਹਾਂ ਮੈਂ ਲਗਾਉਣਾ। ਕਿਸੇ ਨੂੰ ਦੱਸੇ ਨਾ? ਹਾਂ ਮੈਂ ਲਗਾਉਣਾ। ਨਾਥ ਛਕਿਆ ਕੁਛ ਪਹਿਲੇ ਤੋੜਦੀ ਆ ਲਾਇਆ। ਚਲੋ ਕੁਛ ਤਾਂ ਇਹਨਾਂ ਦੇ ਕਮਕਤਾਂ ਦੇ ਘਰੋਂ ਨਿਕਲਿਆ, ਨਹੀਂ ਤਾਂ ਖਾਲੀ ਤੁਰੇ ਫਿਰਦੇ, ਕੁਛ ਨਹੀਂ ਰੱਖਦੇ। ਓਏ ਆ ਜਾਓ ਹੁਣ, ਕਿ ਕੱਢਣ ਬਹਿ ਗਏ ਜੇ। ਆਹ ਓਏ ਪੈ ਜਾ ਤੂੰ ਵੀ ਅੱਜ, ਤੈਨੂੰ ਵੀ ਨਖਰੇ ਸੋਚਦੇ ਆ, ਲੱਗਦਾ ਸਾਦ ਹੋ ਗਈ ਆ। ਓਏ ਆ ਜਾਓ, ਖਲੋ ਯਾਰ, 2 ਮਿੰਟ ਪਾ ਕੇ ਤੇ ਲਿਆਉਣੀ ਪੈਂਦੀ ਹੈ, ਤਾਂ ਟਾਈਮ ਲੱਗਦਾ। ਆਹ ਗਲਾਸ? ਹੈਂ ਗਲਾਸ? ਗਲਾਸ ਨਹੀਂ, ਨਾਲ ਖੜ ਲੈ ਜਾ। ਹਾਂ ਅੱਛਾ, ਇੱਥੇ ਲਵਾ ਦਿੰਦੇ ਥੋੜੀ ਜੀ। ਭਗਤਾ ਦੁੱਖ ਤੋੜਤੇ ਹੀ, ਬਹੁਤ ਵਧੀਆ। ਸਾਡੇ ਵੀ ਤੋੜਦੇ। ਆ ਬਸ ਠੀਕ ਆ, ਠੀਕ ਆ, ਠੀਕ ਆ। ਸਾਡੇ ਕੋਲ ਤੋਰ ਨਹੀਂ, ਬਸ ਹੁਣ ਤੁਹਾਡੇ ਭਾਗ ਲੱਗ ਜਾਣਗੇ। ਅੱਛਾ, 4-4 ਵਿਆਹ ਆਉਣਗੇ, 2 ਤੇਰੇ 2 ਇਹਦੇ। ਲੈ ਲਾ ਹੁਣ ਕੀ ਗੱਲ ਹੈ, ਲੈ ਹੁਣ 3100 ਰੁਪਇਆ ਦੋ ਨਾਥ ਜਾਣ। ਚਲੋ ਚਲੋ ਛੇਤੀ ਕਰੋ, ਟਾਈਮ ਨੀ ਹੈਗਾ। 3100 ਭੁਜੀ ਹੈਗਾ ਮਾਸਾ ਨਾਲ ਵੀ ਲੈ ਜਾ, ਉਹ ਮਿਲ ਜੂਗਾ। 3100 ਰੁਪਇਆ ਦੇ ਭੁਜੀ, ਆਪੇ ਲੈ ਲਾਂਗੇ। 3100 ਦੀ ਗੱਲ ਆ ਗਈ। ਹਾਂ ਉਹ ਮੱਖੀ, ਉਹ ਜਿਹੜਾ ਆਪਾਂ ਕਰਾਨੇ ਵਾਲੇ ਨੇ 4100 ਰੁਪਇਆ ਮੰਗਿਆ ਸੀ, ਉਹਨੂੰ ਚੰਗਾ ਫੇਟ ਕੇ ਆਇਆ ਤੂੰ। ਆਹੋ ਹਨਾ, ਮੰਗਦਾ ਹੀ ਹੁਣ ਗਾਹ, ਤੁਸੀਂ ਪੈਸੇ ਮੰਗੋ, ਇਹ ਕਿੱਥੇ ਮੰਗ ਲੈ। ਚੰਗਾ ਬਈ, ਮੈਂ ਹੋਰ ਘਰੇ ਵੀ ਜਾਣਾ। ਉਹ ਖੜ ਜਾ ਬਾਪੂ, ਖੜ ਜਾ ਬਾਪਾ। ਉਹ ਜਿਹੜਾ ਵਿਆਜੀ ਪੈਸੇ ਫੜੇ ਆਪਾਂ, ਉਹ ਹਾਂ ਮਿੰਟੇ ਦੇ ਗੇੜੇ ਮਾਰਦਾ ਸੀ। ਉਹ ਮੈਂ ਕਹਾ ਬਾਪੂ, ਉਦਾਂ ਦਾ ਤੁਰਨ ਫਿਰਨ ਜੋਗਾ ਨਹੀਂ ਛੱਡਿਆ ਮੈਂ। ਮੈਂ ਜਾਣਾ, ਮੈਂ ਅੱਛਾ ਹੋਰ ਵੀ ਘਰ ਹੈਗੇ ਨਾ। ਨਹੀਂ 2 ਮਿੰਟ ਖਲੋ ਜਾ, ਖੜ ਜਾ, 2 ਮਿੰਟ ਖਲੋ ਜਾ। ਉਹ ਜਿਹੜਾ ਬੁਸਾ ਮੋਟਰਸਾਈਕਲ ਲੈ ਕੇ ਗਿਆ ਸੀ, ਜਿਹੜਾ ਆਪਾਂ ਲੈਂਦਾ ਸੀ, ਉਹ ਲੱਗਾ? ਉਹ ਉੱਤੇ ਤਾਂ ਆਪਾਂ ਕਬਜ਼ਾ ਹੀ ਕਰ ਲਿਆ ਸੱਤੇ ਘਰ। ਹਾਂ ਜਿਹੜੀ ਪੈਸੇ ਤੇ ਲੈ ਜਾ ਬਾਬਾ, 3100 ਲੈਣਾ ਸੀ। ਖਿੱਚ ਕੇ ਰੱਖੀ ਕੰਮ ਨੂੰ। ਚਾਚਾ ਵਿਸ਼ਨਾ ਦੀ ਕਾਮੇਡੀ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਮੈਂ ਤੁਹਾਡਾ ਆਪਣਾ ਸਾਜ਼
ਸੋ ਗਾਇਜ਼ ਚਾਚਾ ਬਿਸ਼ਨਾ ਟੀਵੀ ਚੈਨਲ ਨੂੰ ਸਬਸਕ੍ਰਾਈਬ ਕਰੋ, ਸ਼ੇਅਰ ਕਰੋ, ਵਧੀਆ ਵਧੀਆ ਕਮੈਂਟ ਕਰੋ ਤੇ ਬਹੁਤ ਘੈਂਟ ਵੀਡੀਓਜ਼ ਦੇਖਣ ਲਈ ਸਬਸਕ੍ਰਾਈਬ ਕਰੋ। ਸਤਿ ਸ਼੍ਰੀ ਅਕਾਲ ਜੀ, ਮੈਂ ਹਾਂ ਤੁਹਾਡੀ ਆਪਣੀ ਅੰਕਿਤਾ ਤੇ ਚਾਚਾ ਬਿਸ਼ਨਾ ਟੀਵੀ ਚੈਨਲ ਤੇ ਵੇਖੋ ਚਾਚਾ ਬਿਸ਼ਨਾ ਦੀ ਕਾਮੇਡੀ।